ਕਹਿੰਦੇ ਨੇ ਇਸ ਤਰ੍ਹਾਂ ਦੀ ਘਟਨਾ ਇਸਲਾਮੀ ਜਗਤ ਦੇ ਚ ਜਦ ਪਹਿਲੀ ਵਾਰ ਫਾ ਮਨਸੂਰ ਤੇ ਘਟੀ ਕਹਾਰਾ ਦੀ ਗੱਲ ਹੈ ਉਹਦੀ ਜ਼ਬਾਨ ਚੋਂ ਨਿਕਲ ਗਿਆ ਅਨਲ ਹੱਕ ਹੱਕ ਕਹਿੰਦੇ ਨੇ ਸੱਚ ਨੂੰ ਮੈਂ ਸੱਚ ਹੋ ਗਿਆ ਮੈਂ ਖੁਦਾ ਹੋ ਗਿਆ ਕਿਧਰੇ ਭਾਰਤ ਦੇ ਚ ਪੈਦਾ ਹੁੰਦਾ ਤੇ ਬੜਾ ਸਨਮਾਨ ਹੋਣਾ ਸੀ ਉਹਦੀ ਜ਼ਬਾਨ ਚੋਂ ਨਿਕਲਿਆ ਅਨਲ ਹੱਕ ਉਹਦੇ ਮੁਰਸ਼ਿਦ ਨੇ ਕਿਹਾ ਤੇ ਕੁਫਰ ਹੈ ਜੋ ਤੂੰ ਕੇ ਪਰ ਮੈਂ ਤੇਰੀ ਅਵਸਥਾ ਸਮਝਦਾ ਇਹ ਅਵਸਥਾ ਬਣਦੀ ਹੈ ਪਰ ਅੱਜ ਤੋਂ ਬਾਅਦ ਫਿਰ ਨਾ ਕਹੀਂ ਕਿਸੇ ਨੇ ਸੁਣ ਲਿਆ ਤੋ ਕਫਰ ਦੀ ਸਜ਼ਾ ਸਦਾ ਹੀ ਮੌਤ ਹੈ ਇਸਲਾਮੀ ਸ਼ਰਅ ਦੇ ਤੋ ਫਿਰ ਮੌਤ ਦੀ ਸਜ਼ਾ ਹੋ ਜਾਏਗਾ ਡਾਟਦੇ ਹੋਇਆ ਉਹਦੇ ਮੁਰਸ਼ਿਦ ਨੇ ਕਿਹਾ ਫਿਰ ਇਹ ਨਹੀਂ ਕਹਿਣਾ ਮਨਸੂਰ ਕਹਿੰਦਾ ਅੱਛਾ ਮੇਰੇ ਮੁਰਸ਼ਿਦ नहीं कह नहीं कह पर मुरशद पता नुनैद से जुनैद, सी, जुनैद नो पता सी मस्ताना फकीरे का कोई पता नहीं कह लगे मनसूर मैं तेरे ते द्वार नहीं करता तू तो खुदा दी कसम चुक। नहीं कहेगा हम जब मुरशद आखे दे विचारा की करे खुदा दी कसम चुक। मनसूर कहंदा कसम है खुदा नहीं कह नहीं कह कुछ दिन लंघ गए ਮਿਸਰ ਦੇ ਨਵਾਬ ਨੇ ਉਸ ਵਕਤ ਦੇ ਮੀਰ ਨੇ ਨਵਾਬ ਨੂੰ ਮੀਰ ਕਹਿੰਦੇ ਨੇ ਬਾਦਸ਼ਾਹ ਨੂੰ ਮੀਰ ਕਹਿੰਦੇ ਸਨ ਮੀਰ ਨੇ ਕਾਰਾ ਦੇ ਸਾਰੇ ਫਕੀਰਾਂ ਨੂੰ ਬੁਲਾਇਆ ਆਪਣੇ ਘਰ ਦੇ ਵਿੱਚ ਸਾਰਿਆਂ ਨੂੰ ਦਾਵਤ ਦਿੱਤੀ ਉਹਨਾਂ ਫਕੀਰਾਂ ਨੂੰ ਜਿਨ੍ਹਾਂ ਦੇ ਕਾਰਾ ਵਿੱਚ ਬਕਾਇਦਾ ਨਾ ਸੀ ਗੱਲ ਸੀ ਉਹਨਾਂ ਦੇ ਜ਼ੁਨੈਦ ਵੀ ਸੀ ਔਰ ਸੱਦੇ ਪੱਤਰ ਦੇ ਵਿੱਚ ਦਾਵਤ ਨਾਮੇ ਦੇ ਵਿੱਚ ਇਹ ਸੀ ਆਪਣੇ ਨਾਲ 1-2 ਚੇਲੇ ਜ਼ਰੂਰ ਲੈਣਾ। ਤਾਂ ਮੁਖ्तसर ਮੈਂ ਹਲਸ ਕਰਦਾ ਪਿਆ ਸਮਾਪਤੀ ਕਰਮ। ਜ਼ੁਨੈਦ ਤਿਆਰ ਹੋਇਆ। ਅੱਜ ਬਾਦਸ਼ਾਹ ਦੇ ਘਰ ਜਾਣ ਵਾਸਤੇ ਦਾਵਤ ਹੈ ਸ਼ਾਮ ਦਾ ਸਮਾਂ। ਚਲਣ ਲੱਗਾ ਤੇ ਕਹਿਣ ਲੱਗਾ ਬੇਟਾ ਮਨਸੂਰ ਤੂੰ ਵੀ ਚੱਲ ਮੇਰੇ ਨਾਲ। ਅਜੇ ਤੂੰ ਵੀ ਰੋਟੀ ਖਾਧੀ ਤੇ ਕੋਈ ਨਹੀਂ ਚੱਲ ਮੇਰੇ ਨਾਲ। ਅੱਜ ਬਾਦਸ਼ਾਹ ਦੇ ਘਰ ਦਾਵਤ ਹੈ ਫਕੀਰਾਂ ਦੀ। ਚਲ ਤੋ ਹੁਣ ਮੁਰਸ਼ਦ ਦਾ ਹੁਕਮ ਵਿਚਾਰਾ ਚਲ ਪਿਆ ਨਾਲ 50 60 ਦੇ ਕਰੀਬ ਫਕੀਰ ਚੇਲੇ ਪੂਰਾ ਦਸਤਰ ਖੋਣ ਵੱਡਾ ਸਜਿਆ ਹੈ ਇਸਲਾਮੀ ਡੰਗਣਾ ਇਹਦੇ ਵਿੱਚ ਮੀਰ ਬੈਠਾ ਹੈ ਚਾਰੋਂ ਪਾਸੇ ਗੋਲ ਦਾਇਰੇ 'ਚ ਇਹ ਫਕੀਰ ਬੈਠੇ ਨੇ ਸਾਰਿਆਂ ਦੇ ਅੱਗੇ ਭਾਂਡੇ ਪਰੋਸੇ ਜਾ ਰਹੇ ਨੇ ਉਹ ਇਤਨੇ ਸਾਰੇ ਫਕੀਰ ਹੋਣ ਤੇ ਗੱਲ ਤੇ ਰੱਬ ਦੀ ਹੋਵੇਗੀ ਪ੍ਰਮਾਤਮਾ ਦੀ ਹੋਵੇਗੀ ਸਾਰੇ ਅਵਿਆਸੀ ਸਨ ਮੰਨੇ ਪਰ ਮੰਨੇ ਫਕੀਰ ਸਨ ਇੱਕ ਗੱਲ ਕਰਦਾ ਦੂਜਾ ਸੁਣਦਾ ਫਿਰ ਦੂਜਾ ਕਰਦਾ ਤੀਜਾ ਕਰਦਾ ਜ਼ੁਨੈਦ ਬੜਾ ਰਮਜ਼ੀ ਫਕੀਰ ਸੀ ਜਿੰਨੀ ਗੱਲ ਕਰਦਾ ਸੀ ਗਹਿਰਾਈ ਚ ਕਰਦਾ ਸੀ ਤਾਂ ਕਹਨਨ ਦਿਲ ਦੀ ਜਿੰਨੀ ਗਹਿਰਾਈ ਚੋ ਗੱਲ ਨਿਕਲੇ ਉਤਨੀ ਗਹਿਰਾਈ ਤੱਕ ਉਹ ਪਹੁੰਚਦੀ ਹੈ ਇਕਬਾਲ ਕਹਿੰਦਾ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤੇ ਪ੍ਰਵਾਜ਼ ਮਗਰ ਰਖਤੀ ਹੈ ਤੇ ਦਿਲ ਤੋਂ ਕਿਹੜੀ ਗੱਲ ਨਿਕਲੇਗੀ ਜਿਹੜੀ ਦਿਲ ਦੇ ਚ ਹੋਵੇਗੀ ਪਰ ਨਾ ਨਹੀਂ ਨਿਕਲੇਗੀ ਜ਼ਬਾਨ ਚੋਂ ਨਹੀਂ ਨਿਕਲੇਗੀ ਖੈਰ ਇਸ ਵਿਸ਼ੇ ਨੂੰ ਮੈਨੂੰ ਮਕਾਵਾਂ ਨਾ ਜ਼ੁਨੈਦ ਬੜਾ ਗਹਿਰਾਈ ਚ ਬੋਲ ਰਿਹਾ ਸੀ ਖੋਲ ਬੈਠਾ ਸੀ ਜ਼ੁਨੈਦ ਜੋ ਹੈ मंसूर ਉੱਚੀ ਆਵਾਜ਼ ਚ ਨਿਕਲ ਗਿਆ ਅਨਲ ਹਕ ਅਨਲ ਹਕ ਹਕ ਕਹਿੰਦੇ ਨੇ ਸੱਚ ਨੂੰ ਹਕ ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਇਕਲ ਕੇਦਰ ਤੁਸੀਂ ਤੇ ਹੱਕ ਸੱਚ ਦਾ ਰੂਪ ਉਹਦੇ ਮੋਹ ਨਿਕਲ ਗਿਆ ਅਨਲ ਹੱਕ ਮੈਂ ਤੇ ਸੱਚ ਹੋ ਗਿਆ ਮੈਂ ਤੇ ਸੱਚ ਦਾ ਰੂਪ ਹੋ ਗਿਆ ਉਹ ਜਿਹੜਾ ਮਿਸਰ ਦਾ ਮੀਰ ਸੀ ਨਵਾਬ ਬਾਦਸ਼ਾ ਅਨੇ ਕਿਹਾ ਕਾਫਰ ਇਹ ਕਾਫਰ ਹੈ ਜ਼ੁਨੈਦ ਨੂੰ ਡਾਂਟਦੇ ਹੋਇਆ ਕਿਹਾ ਤੂੰ ਕਾਫਰ ਨੂੰ ਨਾਲ ਲਿਆਂਦਾ ਹੈ पर ही महफिल पकड़ा गया पंद्रह दिन इसते मुकदमा चलिया काजिया ने फित लाया सजाए मौत पर सजाए मौत सूली ते ताड़ के देवो और इस तो पहले इसन पत्थर भी मारो एक कुफर बोले इस्लामी इतिहास मंसूर का अपना नाम है बेचारे बहुत तड़पा के मारे गए मुख्तसर मैरस करा ਸਰੇ ਆਮ ਜਤ ਸੋਲੀ ਤੇ ਚੜਨ ਵਾਸਤੇ ਲੈ ਕੇ ਗਏ ਨੇ ਹਜ਼ਾਰਾਂ ਦਾ ਇਕੱਠ ਜ਼ੁਨੈਦ ਵੀ ਪਹੁੰਚਿਆ ਸਾਰੀਆਂ ਵਿਚਾਰਾਂ ਨੂੰ ਮੈਂ ਇੱਕ ਪਾਸੇ ਰੱਖ ਕੇ ਮੂਲ ਗੱਲ ਕਹਿ ਕੇ ਸਮਾਪਤ ਕਰਾਂ ਜ਼ੁਨੈਦ ਕੋਲ ਗਿਆ ਮਨਸੂਰ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਹੈ ਬੇਟਾ ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਇੱਕ ਪਾਗਲਪਨ ਹੈ ਪਾਗਲਪਨ ਗੁਨਾਹਗਾਰਾਂ ਦੀ ਭੀੜ ਦੇ ਜਿਹੜੇ ਉਥੇ ਲਫ਼ਜ਼ ਇਸਲਾਮੀ ਨੇ ਮੈਂ ਉਹਨਾਂ ਨੂੰ ਹਿੰਦੀ ਰੂਪ ਦੇ ਰਿਹਾ ਪੰਜਾਬੀ ਰੂਪ ਗੁਨਾਹਗਾਰਾਂ ਦੇ ਇਕੱਠ ਦੇ ਚ ਭੀੜ ਦੇ ਚ ਇਤਨਾ ਸਵਾਭਸ਼ੀਲ ਹੋ ਜਾਣਾ ਇਤਨਾ ਪੁਨਿਤ ਹੋ ਜਾਣਾ ਇੰਜ ਲੱਗਦਾ ਪਿਆ ਜਿਵੇਂ ਇਹ ਵੀ ਇੱਕ ਪਾਪ ਹੋਵੇ ਭੀੜ ਪਾਗਲਾਂ ਦੀ ਹੈ ਸਿਆਣਾਂ ਤੋਂ ਇੱਕ ਭੀੜ ਤੇ ਪਾਪੀਆਂ ਦੀ ਹੈ ਪੁਨਿਤ ਤੋਂ ਇੱਕ ਮੈਂ ਤੈਨੂੰ ਨਹੀਂ ਬਚਾ ਸਕਦਾ मेनु अफसोस है मैं तेन नहीं बचा स मंसूर केरे मुरशद इसका बिलकुल ना करो बचन की अंदर ते ही नहीं रही कदों खत्म हो चुके ते तदों के खत्म हो गए हूं इस रमजी गल जुनैद समझ गए लेकिन जुनैद ने फिर दो लफज दोहराए तो खुदा दसम चुकी क्यों तौड़ी बस मैं ये भी एक आखरी गिला तेरे दे करना तू तो कसम खुदा कही से मेरे सामने उच्ची आवाज नसमे खुदा अनल हक नहीं कमांगा। इतना वड्डा जुर्म तू क्यों कीता। खुदा दी कसम और फिर तेरे जैसा फकीर तोड़ दे पता है मंसूर ने की आख्या मेरे मुरशद मैं कौन हा खुदा तोड़न वाला मेरे मुरशद जब खुदाई आखन लग पवे अन हक हक तो फिर मंसूर विचारा की करे। जुनेद उस दे कदमा ते दे कदम इस्लामी जगत इच पहली दफा होया है कि मुर्शद अपने चेले दे कदम ते है तू ठीक कहना है तू मिट गया है ए तू नहीं बोलिया खुदा ही बोले, बोले चला गया लोग ने ਮੀਰ ਦੇ ਹੁਕਮ ਨਾਲ ਇਹਨੂੰ ਸੂਲੀ ਤੇ ਚੜਾਇਆ ਹੈ ਇਸਲਾਮੀ ਜਗਤ ਦੇ ਇਤਿਹਾਜ ਤੱਕ ਇਹ ਕਾਫਰ ਮੰਨਿਆ ਜਾਂਦਾ ਹੈ ਲੇਕਿਨ ਛੋਟੀ ਦਾ ਫਕੀਰ ਰਮਜੀ ਫਕੀਰ ਇਤਨਾ ਆਖਿਆ ਮੈਂ ਸੱਚ ਹੋ ਗਿਆ ਹੁਣ ਮੈਂ ਬੂੰਦ ਨਹੀਂ ਰਿਹਾ ਮੈਂ ਸਾਗਰ ਹੋ ਗਿਆ ਕਿਧਰੇ ਭਾਰਤ ਆਉਂਦਾ ਇਹਦਾ ਸਨਮਾਨ ਹੋਣਾ ਸੀ ਕਬੀਰ ਕਹਿ ਰਹੇ ਨੇ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹ ਸੰਰਗ ਪਾਣੇ ਰਾਮ ਕਬੀਰਾ ਏਕ ਬਏ ਕੋਈ ਨਾ ਸਕੇ ਪਛਾਨ ਪਰਮਾਤਮਾ ਤੇ ਕਬੀਰ ਇੱਕ ਹੋ ਗਏ ਹੁਣ ਪਰਮਾਤਮਾ ਵੱਖ ਨਹੀਂ ਐ ਤੇ ਕਬੀਰ ਵੱਖ ਨਹੀਂ ਐ ਹੁਣ ਬੂੰਦ ਵੱਖ ਨਹੀਂ ਐ ਤੇ ਸਾਗਰ ਵੱਖ ਨਹੀਂ ਐ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾਮ